ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆ ਸਮੇਂ ਤੇ ਸਾਰੇ ਚੜ੍ਹਦੀ ਕਲਾ ਚ ਹੋ ਗਏ ਅੱਜ ਇੱਕ ਥੋੜੀ ਜੀ ਇੰਪੋਰਟੈਂਟ ਗੱਲ ਕਰਨੀ ਆ ਕਰਨੀ ਨਹੀਂ ਸੀਗੀ ਬਟ ਸੰਗ ਵੀ ਆਉਂਦੀ ਆ ਬਟ ਠੀਕ ਹੈ ਆਪਾਂ ਸਾਰੇ ਭੈਣਾ ਭਰਾਵਾਂ ਵਾਂਗੂ 18 ਸਾਲ ਤੋਂ ਉੱਤੇ ਹੀ ਆ ਕਰ ਸਕਦੇ ਆ ਜਿਹੜੀਆਂ ਗੱਲਾਂ ਸਮਝਾਉਣ ਵਾਲੀਆਂ ਹੁੰਦੀਆਂ ਕਰਨ ਵਾਲੀਆਂ ਹੁੰਦੀਆਂ ਉਹ ਵੀ ਕਰ ਸਕਦੇ ਆ ਕਿਉਂਕਿ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਜਦੋਂ ਤੁਸੀਂ ਕੋਈ ਗੱਲ ਕਰਦੇ ਆ ਤੁਹਾਡੀ ਗੱਲ ਸੁਣਦੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਉਸ ਚੀਜ਼ ਨੂੰ ਕਰਨਾ ਮੇਰਾ ਫਰਜ਼ ਵੀ ਬਣਦਾ ਗੱਲ ਹੈ ਕਿ ਇਦਾਂ ਕਿ ਤੁਸੀਂ ਦੇਖਿਆ ਸੁਣਿਆ ਹੋਣਾ ਕਿ ਕੈਨੇਡਾ ਦੇ ਵਿੱਚ ਕਾਫੀ ਮੁੰਡਿਆਂ ਨੇ ਸੁਸਾਈਡ ਕੀਤਾ ਇੱਕ ਦੋ ਕੁੜੀਆਂ ਵੀ ਹੋ ਸਕਦੀਆਂ ਠੀਕ ਹੈ ਤੇ ਇਹੀ ਚੀਜ਼ ਆਸਟ੍ਰੇਲੀਆ 'ਚ ਇੰਗਲੈਂਡ ਦੇ ਵਿੱਚ ਹਰ ਜਗ੍ਹਾ ਹੁੰਦੀ ਆ ਸਾਡਾ ਦੇਸ਼ ਇੰਗਲੈਂਡ ਆ ਤਾਂ ਅਸੀਂ ਇੱਥੋਂ ਵੀ ਦੱਸ ਦਿੰਨੇ ਕਿ ਕੀ ਹੋਇਆ ਹੋਇਆ ਇਦਾਂ ਕਿ ਰੀਅਲ ਸਟੋਰੀ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਸਮਝ ਲਿਓ ਕਿਉਂਕਿ ਇਹ ਅਵੇਅਰਨੈਸ ਆ ਕਿਉਂਕਿ ਹੋ ਸਕਦਾ ਕਿ ਕਿਸੇ ਦਾ ਫਾਇਦਾ ਹੋ ਜਵੇ ਕਿਸੇ ਦੀ ਜ਼ਿੰਦਗੀ ਬਚ ਜਵੇ ਤਾਂ ਕਰਕੇ ਇਹ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਅੱਜ ਕਿ ਹਾਂ ਯਾਰ ਆ ਚੀਜ਼ ਵੀ ਮੋਰੇ ਲੈਣੀ ਚਾਹੀਦੀ ਆ ਓਇਆ ਇਦਾਂ ਕਿ ਮੁੰਡਾ ਆਇਆ ਸੀ ਨਵਾਂ ਨਵਾਂ ਇੱਥੇ ਇੰਗਲੈਂਡ ਦੇ ਵਿੱਚ ਠੀਕ ਆ ਪੜਨ ਆਇਆ ਸੀਗਾ ਤਾਂ ਉਹਨੇ ਆਪਣਾ ਪੜਾਈ ਚਾਲੂ ਕਰਤੀ ਤੇ ਨਾਲੇ ਕਰਤੀ ਇੰਟਰਨੈਟ ਦੇ ਉੱਤੇ ਕੁੜੀਆਂ ਕੜੀਆਂ ਲੱਭਣ ਦਾ ਕਾਫੀ ਮੁੰਡਿਆਂ ਨੂੰ ਹੁੰਦਾ ਉਹ 12ਵੀਂ ਕਰਕੇ ਆਇਆ ਸੀ ਤਾਂ ਉਹਨੇ ਇੱਕ ਕੁੜੀ ਲੱਭੀ ਜਿਹੜੀ ਕਿ ਗੋਰੀ ਕਹਿੰਦੀ ਸੀ ਆਪਣੇ ਆਪ ਨੂੰ ਤੇ ਇੰਗਲਿਸ਼ ਤੋਂ ਵਿੱਚ ਗੱਲਾਂ ਕਰਦਾ ਸੀ ਤੇ ਇੱਕ ਨਵਾਂ ਨਵਾਂ ਜਦੋਂ ਬੰਦਾ ਆਉਂਦਾ ਨਾ ਉਹਨੂੰ ਪਤਾ ਨਹੀਂ ਲੱਗਦਾ ਕਿ ਉਹ ਬ੍ਰਿਟਿਸ਼ ਐਕਸੈਂਟ ਆ ਨਾਰਥ ਦਾ ਐਕਸੈਂਟ ਆ ਸਾਊਥ ਦਾ ਐਕਸੈਂਟ ਆ ਲਾਈਕ ਬੰਦੇ ਨੂੰ ਥੋੜਾ ਜਿਹਾ ਪਤਾ ਨਹੀਂ ਲੱਗਦਾ ਕਿ ਇੱਕ ਬੰਦਾ ਛੇਤੀ ਅਟ੍ਰੈਕਟ ਹੋ ਜਾਂਦਾ ਜਦੋਂ ਗੱਲਾਂ ਕਰਦੇ ਆ ਤੇ ਉਹ ਹੈਗੀ ਸੀ ਕੁੜੀ ਫਿਲੀਪੀਨਦੀ ਠੀਕ ਹੈ ਉਹ ਕੁੜੀ ਨੇ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਕਾਫੀ ਫਰੈਂਡਸ਼ਿਪ ਹੋ ਗਈ ਉਹਨਾਂ ਦੀ ਉਹ ਇੰਸਟਾਗ੍ਰam ਤੇ ਉਹਨੂੰ ਵੀ ਕਰਨ ਲੱਪੇ ਗੱਲਾਂ ਬਾਤਾਂ ਤੇ ਇੱਕ ਦਿਨ ਗੱਲਾਂ ਕਰਦੇ ਕਰਦੇ ਉਹ ਕਹਿੰਦੇ ਆਪਾਂ ਵੀਡੀਓ ਕਾਲ ਕਰਨੀ ਹੈ ਠੀਕ ਹੈ ਉਹ ਕੰਦਾ ਠੀਕ ਆ ਕਰ ਲੋ ਤੇ ਉਹ ਜਿਹਦਾ ਐਕਸਾਈਟਮੈਂਟ ਹੋ ਜਾਂਦੀ ਆ ਮੁੰਡੇ ਨੂੰ ਵੀ ਹੁੰਦਾ ਸੀ ਕਿ ਮੈਨੂੰ ਯਾਰ ਗੋਰੀ ਮਿਲ ਗਈ ਹੈ ਨਾ ਤੇ ਵੀ ਮੈਂ ਉਹਨੂੰ ਦੇਖਣਾ ਚਾਹੁੰਦਾ ਆ ਤੇ ਉਹਨਾਂ ਨੇ ਇਹ ਕੀ ਕੀਤਾ ਇੱਕ ਦੂਸਰੇ ਨੂੰ ਵੀਡੀਓ ਕਾਲ ਲਾ ਲਈ ਪਤ ਨਹੀਂ ਈਐਮਓ ਕਾ ਐਮਓ ਕੋਈ ਐਦਾਂ ਦਾ ਐਪ ਹੁੰਦਾ ਮੈਨੂੰ ਦੱਸਿਆ ਸੀ ਕਿ ਉਹਦੇ ਵਿੱਚ ਉਹਨਾਂ ਨੇ ਕਾਲ ਕੀਤੀ ਤੇ ਕੁੜੀ ਨੇ ਨਾ ਜਦੋਂ ਕਾਲ ਕੀਤੀ ਉਹਨੇ ਆਪਣੇ ਕੱਪੜੇ ਲਾਤੇ ਠੀਕ ਆ ਤਾਂ ਗੱਲਾਂ ਬਾਤਾਂ ਕਰਨ ਲੱਗ ਪਏ ਤੇ ਫਿਰ ਉਹਨੇ ਉਹੀ ਚੀਜ਼ ਕੀਤੀ ਕਿ ਤੂੰ ਵੀ ਹੁਣ ਇਹ ਚੀਜ਼ ਕਰ ਮੁੰਡੇ ਨੇ ਜੀ ਜਦੋਂ ਮੁੰਡੇ ਨੇ ਕੀਤਾ ਤਾਂ ਫਿਰ ਉਹਨਾਂ ਨੇ ਉਹਦੀ ਰਿਕਾਰਡਿੰਗ ਕਰ ਲਈ ਤੇ ਰਿਕਾਰਡਿੰਗ ਕਰਕੇ ਫਿਰ ਉਹਨੂੰ ਬਲੈਕਮੇਲ ਕਰਨ ਲੱਗ ਪਏ ਮੁੰਡੇ ਨੂੰ ਸਿਰਫ ਮੁੰਡੇ ਵਾਲਾ ਪਾਰਟ ਉਹਨੂੰ ਦਿਖਾਇਆ ਕਿ ਆਹ ਚੀਜ਼ ਹੈ ਸਾਡੇ ਕੋਲ ਤੂੰ ਸਾਡੀ ਕੁੜੀ ਦੇ ਨਾਲ ਬਤਮੀਜ਼ੀ ਕਰਦਾ ਸੀਗਾ ਇਦਾਂ ਇਦਾਂ ਅਸੀਂ ਤੇਰੀ ਇਹ ਪੁਲਿਸ ਨੂੰ ਦੇ ਦੇਣੀ ਆ ਸਾਨੂੰ ਪਤਾ ਤੂੰ ਨਵਾਂ ਨਵਾਂ ਸਟੂਡੈਂਟ ਆਇਆ ਆ ਤੇ ਤੈਨੂੰ ਉਹਨਾਂ ਨੇ ਰਿਪੋਰਟ ਕਰ ਦੇਣਾ ਇਹ ਡਰਾਵਾ ਦਿੰਦੇ ਸੀ ਤੇ ਨਾਲੇ ਕਹਿੰਦੇ ਸੀ ਸਾਨੂੰ ਇੰਨੇ ਪੈਸੇ ਭੇਜ ਸੋ ਇਹ ਕੁੜੀਆਂ ਨਾਲ ਵੀ ਹੋ ਸਕਦੀ ਹੈ ਮੁੰਡਿਆਂ ਦੇ ਨਾਲ ਵੀ ਹੋ ਸਕਦੀ ਆ ਬਟ ਗੱਲ ਜਿਹੜਾ ਸਮਝਣ ਦਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਨਾ ਹੋਵੇ ਕਿ ਕਿਸੇ ਦੇ ਨਾਲ ਜਾਣੇ ਅਣਜਾਣੇ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਇਨਵੋਲ ਹੋ ਜਾਓ ਫਸ ਜਾਓ ਜੇ ਤੁਸੀਂ ਫਸ ਵੀ ਗਏ ਆ ਤੁਸੀਂ ਪੁਲਿਸ ਨੂੰ ਸਿੱਧਾ ਜਾ ਕੇ ਵੀ ਦੱਸ ਸਕਦੇ ਆ ਕਿਉਂਕਿ ਉਹ ਪੁਲਿਸ ਤੇ ਵੀ ਡਰਾਵੇ ਦਿੰਦੇ ਸੀ ਹਨ ਸੋ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਤੁਸੀਂ ਆਪਣੀ ਲਾਈਫ ਨੂੰ ਕਿਵੇਂ ਦੇਖਣਾ ਕਿਵੇਂ ਦਿਖਾਉਣਾ ਇਹ ਜਦੋਂ ਬਲੈਕਮੇਲ ਕਰਨ ਲੱਪੈਂਦੇ ਜੇ ਤੁਸੀਂ ਇੱਕ ਵਾਰੀ ਪੈਸੇ ਦੇ ਦਿੱਤੇ ਫਿਰ ਦੂਜੀ ਵਾਰੀ ਵੀ ਫਿਰ ਤੀਜੀ ਵਾਰੀ ਵੀ ਉਨੇ ਤੇ ਫਿਰ ਉਹਨੇ ਕਹਿੰਦਾ ਕਿ ਮੈਂ ਨਹੀਂ ਦਿੱਤੇ ਪੈਸੇ ਉਹਨਾਂ ਨੇ ਫਿਰ ਮੈਨੂੰ ਅਪਰੋਚ ਕੀਤੀ ਮੈਂ ਕਿਹਾ ਦੇਖ ਜੇ ਤਾਂ ਤੈਨੂੰ ਲੱਗਦਾ ਜਿਆਦਾ ਚੀਜ਼ ਤੂੰ ਪੁਲਿਸ ਨੂੰ ਜਾ ਕੇ ਦੱਸ ਤੇ ਜਿੱਦ ਨੂੰ ਨਹੀਂ ਲੱਗਦਾ ਉਹਨੇ ਫਿਰ ਆਪਣਾ ਫੇਸਬੁੱਕ ਇੰਸਟਾਗ੍ਰam ਸਾਰਾ ਕੁਝ ਬੰਦ ਕਰਤਾ ਹਨਾ ਤੇ ਇਹ ਥੋੜੀ ਜੀ ਅਵੇਅਰਨੈਸ ਆ ਕਿ ਤੁਸੀਂ ਇਦਾਂ ਦੇ ਚੱਕਰਾਂ 'ਚ ਨਾ ਪਿਆ ਕਰੋ ਤੁਸੀਂ ਫਰੈਂਡਸ਼ਿਪ ਕਰਨੀਆਂ ਕੁੜੀਆਂ ਮੁੰਡੇ ਦੋਸਤ ਹੁੰਦੇ ਆ ਹੁਣੇ ਵੀ ਚਾਹੀਦੇ ਆ ਹਨਾ ਬਟ ਉਹ ਤੁਸੀਂ ਜਦੋਂ ਫਿਜ਼ੀਕਲ ਕਿਸੇ ਨੂੰ ਮਿਲਦੇ ਆ ਸਾਹਮਣੋਂ ਆਹਮੋ ਸਾਹਮਣੇ ਮਿਲਦੇ ਆ ਫੋਨ ਤੇ ਗੱਲਬਾਤ ਹੁੰਦੀ ਉਹਦੀ ਗੱਲ ਹੋਰ ਹੁੰਦੀ ਆ ਐਵੇਂ ਨਹੀਂ ਕਿਸੇ ਨੂੰ ਇੰਨਾ ਜ਼ਿਆਦਾ ਵੱਧ ਜੀਦਾ ਹੁੰਦਾ ਕਿਸੇ ਵੀ ਰਿਸ਼ਤੇ ਦੇ ਵਿੱਚ ਹਨਾ ਤਾਂ ਹੋਪਫੁਲੀ ਇਸ ਚੀਜ਼ ਨੂੰ 네ਗੇਟਿਵ ਨਾ ਲਿਓ ਪਰ ਇਹਨੂੰ ਇੱਕ ਅਵੇਅਰਨੈਸ ਇਹਨੂੰ ਇੱਕ ਜਾਣਕਾਰੀ ਇਹਨੂੰ ਇੱਕ ਸੂਚਨਾ ਚੇਤਾਵਨੀ ਜੋ ਵੀ ਕਹਿੰਦੇ ਹੁੰਦੇ ਉਹ ਚੀਜ਼ ਕਰਨ ਦੀ ਕੋਸ਼ਿਸ਼ ਕਰਿਓ ਕਿ ਤੁਹਾਡਾ ਕਿਸੇ ਦਾ ਭਲਾ ਹੋ ਜਵੇ ਤੇ ਬਾਅਦ ਚ ਮਾਪਿਆਂ ਨੂੰ ਪੁੱਤ ਨਹੀਂ ਲੱਭਦਾ ਧੀ ਨਹੀਂ ਲੱਭਦੀ ਲੋਕਾਂ ਨੂੰ ਗੱਲਾਂ ਕਰਨ ਨੂੰ ਬਥੇਰੀਆਂ ਲੱਪ ਪੈਂਦੀਆਂ ਠੀਕ ਆ ਸੋ ਤੁਸੀਂ ਆਪਣੀ ਜ਼ਿੰਦਗੀ ਦਾ ਆਪ ਧਿਆਨ ਰੱਖਣਾ ਤੇ ਇੱਕ ਛੋਟੀ ਜੀ ਵੀਡੀਓ ਸੀਗੀ ਹੋਪਫੁਲੀ ਕਿਸੇ ਨਾ ਕਿਸੇ ਦੀ ਜ਼ਿੰਦਗੀ ਕਿਸੇ ਨਾ ਕਿਸੇ ਨੂੰ ਗਲਤ ਪੱਸੇ ਜਾਣ ਤੋਂ ਰੋਕ ਦੂਗੀ ਤੇ ਮੇਰੇ ਵੱਲੋਂ ਅਖਰਵਾਦਾ ਘਟਾਪੁੱਲ ਚੁਕਮਾਫ ਸਾਰਿਆਂ ਨੂੰ ਮੇਰੇ ਵੱਲੋਂ ਸასი ਸ਼ਾਲ ਚੰਗਾ ਜੀ ਫੇਰ ਮਿਲਦੇ ਆਂ